हाँ जी, एक बार फिर तो तुहाडा सब का स्वागत है पंजाबी साहित्यक सरगर्मियां यूट्यूब चैनल उपर। तो इस चैनल के माध्यम के राही तुहाडे नाल पंजाबी साहित्य नाल जुड़िया हुई सरगर्मियां की गल की जाती है, नाल नाल यूजीसी नैट की जिहड़े दोस्त तैयारी करते उन्हां वास्ते वीडियो अपलोड कीतियां जांदियां। तां अपना टारगेट जिहड़ा है JRF नूं रख के ही तैयारी करवाई जांदी है। तां इहदे नाल इस चैनल के माध्यम के राही मास्टर केडर नाल संबंधित भी वीडियो अपलोड कीतियां जांदियां। तो इस तरह ही जेकर तुसी चैनल नूं हले तक सबसक्राइब नहीं किया तो सबसक्राइब जरूर करो अते नाल ही बैल आइकन नूं दबाओ तां जो अपलोड होने वाली हर एक वीडियो की नोटिफिकेशन डायरैक्ट तुहानूं मिल सके। तो आपां इक हुण चोणवे सवालों की लड़ी शुरू की हुई है, तो उस दे विच अज इस तो पहला मैं 72 भाग उहदे अपलोड कर चुका, जिहड़ा तुसी एक अलग प्लेलिस्ट दे विच जा के देख सकते हो। सारे सवाल इहदे विच पए ने, तकरीबन 900 तो 1000 ਦੇ ਵਿੱਚ ਸਵਾਲ ਇਹ ਤੋਂ ਪਹਿਲਾਂ ਆਪਾਂ ਕਰ ਚੁੱਕੇ ਹਾਂ, ਤਾਂ ਉਹ ਤੁਸੀਂ ਪਲੇਲਿਸਟ ਦੇ ਵਿੱਚ ਜਾ ਸਕਦੇ ਹੋ। ਸਿੱਧੇ ਅਸਿੱਧੇ ਰੂਪ ਦੇ ਵਿੱਚ ਸਵਾਲ ਤੁਹਾਨੂੰ ਜ਼ਰੂਰ ਮਿਲਣਗੇ ਪੇਪਰ ਦੇ ਵਿੱਚ, ਪਰ ਤੁਹਾਨੂੰ ਜਿਹੜਾ ਹੈ ਇਹ ਸਵਾਲ ਸਮਝ ਕੇ ਕਰਨੇ ਪੈਣੇ ਆ, ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਤਿਆਰ ਕੀਤੇ ਹੋਏ ਸਵਾਲ ਨੇ ਇਹ। ਤਾਂ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗੀ, ਜਾਂ ਤੁਸੀਂ ਹੋਰ ਕਿਸ ਤਰ੍ਹਾਂ ਨਾਲ ਸੰਬੰਧਿਤ ਵੀਡੀਓ ਦੀ ਆਸ ਕਰਦੇ ਹੋ ਜਾਂ ਚਾਹੁੰਦੇ ਹੋ ਤੁਸੀਂ। ਹਾਂਜੀ, ਸ਼ੁਰੂ ਕਰਦੇ ਹਾਂ। ਅੱਜ ਦਾ ਪਹਿਲਾ ਸਵਾਲ ਤੁਹਾਡੀ ਸਕਰੀਨ ਦੇ ਉੱਪਰ ਹੈ। ਜਨਮ ਸਾਖੀ ਪੁਰਾਤਨ ਵਾਰਤਕ ਦੇ ਨਾਲ ਸੰਬੰਧਿਤ ਹੈ। ਜਨਮ ਸਾਖੀ ਦਾ ਮਹੱਤਵਪੂਰਨ ਅੰਸ਼ ਹੈ ਧਰਮ ਸਿਧਾਂਤ, ਸੰਪਰਦਾਇਕ ਪੱਖਪਾਤ, ਵਰਤਾਂਤਕ ਮੌਲਿਕਤਾ, ਅਪਰੋਕਤ ਸਾਰੇ ਹੀ। ਤਾਂ ਜਨਮ ਸਾਖੀ ਨਾਲ ਸੰਬੰਧਿਤ ਹੈ ਸਵਾਲ ਪੁਰਾਤਨ ਵਾਰਤਕ ਦੇ ਵਿੱਚੋਂ, ਤਾਂ ਇਸਦਾ ਰਾਈਟ ਜਿਹੜਾ ਆਨਸਰ ਹੋਵੇਗਾ ਉਹ ਆਪਸ਼ਨ ਨੰਬਰ 4, ਸਾਰੇ ਹੀ। ਧਰਮ ਸਿਧਾਂਤ, ਸੰਪਰਦਾਇਕ ਪੱਖਪਾਤ, ਵਰਤਾਂਤਕ ਮੌਲਿਕਤਾ, ਤਾਂ ਆਪਸ਼ਨ ਨੰਬਰ 4 ਇਸਦਾ ਰਾਈਟ ਆਨਸਰ ਹੈ। ਹਾਂਜੀ, ਨੈਕਸਟ ਸਵਾਲ ਹੈ ਲੋਕਧਾਰਾ ਦੇ ਨਾਲ ਸੰਬੰਧਿਤ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਜਿਹੜੇ ਸਵਾਲ ਹੁੰਦੇ ਆ ਹਰ ਇੱਕ ਸਾਹਿਤ ਦੀ ਵਿਧਾ ਦੇ ਵਿੱਚੋਂ ਇੱਕ ਇੱਕ ਦੋ ਦੋ ਸਵਾਲ ਹਰ ਵੀਡੀਓ ਦੇ ਵਿੱਚ ਲਏ ਜਾਂਦੇ ਆ, ਤਾਂ ਜੋ ਅਸੀਂ ਕਿਸੇ ਵੀ ਖੇਤਰ ਨੂੰ ਛੱਡ ਨਾ ਸਕੀਏ, ਚਾਹੇ ਉਹ ਮੈਟਾ ਆਲੋਚਨਾ ਦਾ ਖੇਤਰ ਹੈ, ਚਾਹੇ ਉਹ ਭਾਸ਼ਾ ਵਿਗਿਆਨ ਦਾ ਖੇਤਰ ਹੈ। ਤਾਂ ਸਾਰਿਆਂ ਨਾਲ ਸੰਬੰਧਿਤ ਹੀ ਸਵਾਲ ਆਪਾਂ ਹਰ ਰੋਜ਼ ਇੱਕ ਇੱਕ ਦੋ ਦੋ ਸਵਾਲ ਜਿਹੜੇ ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ, ਤਾਂ ਇਹਨਾਂ ਨੂੰ ਨਾਲ ਨਾਲ ਨੋਟ ਜ਼ਰੂਰ ਕਰ ਲਿਆ ਕਰੋ। ਹਾਂਜੀ, ਲੋਕਧਾਰਾ ਅਧਿਐਨ ਨਾਲ ਸੰਬੰਧਿਤ ਅਨੁਸ਼ਾਸਨਾਂ ਦਾ ਸਹੀ ਜੁੱਟ ਹੈ ਮਨੋ ਵਿਗਿਆਨ ਅਤੇ ਦਰਸ਼ਨ ਸ਼ਾਸਤਰ, ਮਨੋ ਵਿਗਿਆਨ ਅਤੇ ਸੱਭਿਆਚਾਰ ਸ਼ਾਸਤਰ, ਮਾਨਵਿਕੀ ਭਾਸ਼ਾ ਵਿਗਿਆਨ ਅਤੇ ਸਾਹਿਤ ਸ਼ਾਸਤਰ, ਸੱਭਿਆਚਾਰਕ ਮਾਨਵ ਵਿਗਿਆਨ ਅਤੇ ਸਾਹਿਤ ਸ਼ਾਸਤਰ। ਹਾਂਜੀ, ਤਾਂ ਇਹ ਤੁਸੀਂ ਦੱਸਣਾ ਇਹਨਾਂ ਦੇ ਵਿੱਚੋਂ ਰਾਈਟ ਕਿਹੜਾ, ਸਹੀ ਜੁੱਟ ਕਿਹੜਾ, ਲੋਕਧਾਰਾ ਅਧਿਐਨ ਨਾਲ ਸੰਬੰਧਿਤ ਅਨੁਸ਼ਾਸਨ। ਤਾਂ ਇਸਦੇ ਵਿੱਚੋਂ ਰਾਈਟ ਜਿਹੜਾ ਸਭ ਤੋਂ ਬਣ ਰਿਹਾ ਹੈ ਮਨੋ ਵਿਗਿਆਨ ਅਤੇ ਸੱਭਿਆਚਾਰ ਸ਼ਾਸਤਰ, ਇਹ ਸਭ ਤੋਂ ਅਹਿਮ ਹੈ। ਜਿਵੇਂ ਕਿ ਮਾਨਵ ਵਿਗਿਆਨ ਨੂੰ ਵੀ ਇਹਦੇ ਨਾਲ ਜਿਹੜਾ ਹੈ ਜੋੜਿਆ ਜਾਂਦਾ ਹੈਗਾ, ਤਾਂ ਇਸ ਤਰ੍ਹਾਂ ਜਿਹੜਾ ਮਨੋ ਵਿਗਿਆਨ ਅਤੇ ਸੱਭਿਆਚਾਰ ਸ਼ਾਸਤਰ ਸਭ ਤੋਂ ਰਾਈਟ ਜਿਹੜੀ ਆਪਸ਼ਨ ਹੈਗੀ ਆ। ਹਾਂਜੀ, ਨੈਕਸਟ ਸਵਾਲ ਹੈ ਆਪਣਾ ਰਾਸਤੂ ਦੇ ਕਾਵਿ ਸ਼ਾਸਤਰ ਦਾ ਮੁੱਖ ਆਧਾਰ। ਹਾਂਜੀ, ਇਹ ਕਾਵਿ ਸ਼ਾਸਤਰ ਦੇ ਨਾਲ ਜਾਂ ਪੱਛਮੀ ਕਾਵਿ ਸ਼ਾਸਤਰ ਦੇ ਨਾਲ ਸੰਬੰਧਿਤ ਸਵਾਲ ਹੈ। ਅਰਸਤੂ ਦੇ ਕਾਵਿ ਸ਼ਾਸਤਰ ਦਾ ਮੁੱਖ ਆਧਾਰ ਹੈ ਸਾਹਿਤ ਦੀ ਅਣਕਰਨ ਬਿਰਤੀ, ਸਾਹਿਤ ਪਾਠ ਦੀ ਰੂਪ ਵਿਧੀ, ਸਾਹਿਤ ਪਾਠ ਦਾ ਸਮਾਜਿਕ ਪਸਾਰ, ਸਾਹਿਤ ਪਾਠ ਦਾ ਦਾਰਸ਼ਨਿਕ ਪਸਾਰ। ਤਾਂ ਅਰਸਤੂ ਦੇ ਕਾਵਿ ਸ਼ਾਸਤਰ ਦਾ ਮੁੱਖ ਆਧਾਰ ਜਿਹੜਾ ਹੈ ਸਾਹਿਤ ਪਾਠ ਦੀ ਅਣਕਰਨ ਬਿਰਤੀ, ਨਿਮਨ ਲਿਖਤ ਵਿੱਚੋਂ ਜਿਹੜੀ ਆਪਸ਼ਨ ਨੰਬਰ 1 ਹੈ ਉਹ ਰਾਈਟ ਆਪਸ਼ਨ ਹੈਗੀ ਆ। ਹਾਂਜੀ, ਨੈਕਸਟ ਸਵਾਲ ਹੈ ਆਪਣਾ ਮਿਲਾਨ ਕਰਨਾ, ਇਹਦੇ ਵਿੱਚ ਨਾਟਕ ਨਾਲ ਸੰਬੰਧਿਤ ਸਵਾਲ ਹੈ ਪੰਜਾਬੀ ਨਾਟਕ ਦੇ ਨਾਲ। ਆਤਮਜੀਤ ਸ਼ੂਗਰ ਫਰੀ, ਜਗਦੀਸ਼ ਫਰਿਆਦੀ ਕਾਮਾਗਾਟਾ ਮਾਰੂ, ਗੁਰਪ੍ਰੀਤ ਰਟੌਲ ਜ਼ਿੰਦਗੀ, ਜਗਦੇਵ ਢਿੱਲੋਂ ਮੁੜਾ ਲਾਮਾ ਤੋਂ। ਤਾਂ ਨੀਚੇ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਕਿ ਕਿਹੜਾ ਨਾਟਕਕਾਰ ਦਾ ਨਾਟਕ ਹੈ ਉਹਨੂੰ ਉਹਦਾ ਸਹੀ ਮਿਲਾਨ ਕਰਨਾ ਹੈਗਾ। ਤਾਂ ਜਿਹੜੇ ਇਹਨਾਂ ਦੇ ਵਿੱਚੋਂ ਪਤਾ ਹੋਵੇ ਤਾਂ ਉਹਨਾਂ ਦੇ ਅਕੋਰਡਿੰਗ ਪਹਿਲਾਂ ਜਾਣ ਦੀ ਕੋਸ਼ਿਸ਼ ਕਰਿਆ ਕਰੋ। ਜਿਵੇਂ ਕਿ ਹੁਣ ਤੁਹਾਨੂੰ ਇਹਦੇ ਵਿੱਚੋਂ ਪਤਾ ਹੋਣਾ ਕਿ ਆਤਮਜੀਤ ਦਾ ਜਿਹੜਾ ਨਾਟਕ ਹੈ ਉਹ ਮੋੜਾ ਲਾਮਾ ਤੋਂ, ਤਾਂ ਇਸ ਦੇ ਨਾਲ ਆਪਣੇ ਕੋਲ ਡਾਇਰੈਕਟ ਜਿਹੜੀ ਆਪਸ਼ਨ ਨੰਬਰ 3 ਬਣ ਰਹੀ ਆ, ਤਾਂ ਇਹ ਇਸ ਦੀ ਰਾਈਟ ਆਪਸ਼ਨ ਹੈਗੀ ਆ।
ਆਤਮਜੀਤ ਮੁੜ ਆ ਲਾਮਾ ਤੋਂ, ਜਗਦੀਸ਼ ਫਰਿਆਦੀ ਸ਼ੂਗਰ ਫ੍ਰੀ ਇਹਨਾਂ ਦਾ ਨਾਟਕ ਹੈ, ਗੁਰਪ੍ਰੀਤ ਰਟੌਲ ਦਾ ਕਾਮਾ ਗਾਟਾ ਮਾਰੂ, ਔਰ ਇਸੇ ਤਰ੍ਹਾਂ ਜਗਦੇਵ ਢਿੱਲੋਂ ਦਾ ਜ਼ਿੰਦਗੀ। ਤਾਂ ਆਪਸ਼ਨ ਨੰਬਰ 3 ਇਸਦਾ ਰਾਈਟ ਆਂਸਰ ਹੈਗਾ। ਹਾਂਜੀ, ਨੈਕਸਟ ਹੈ ਆਪਣੇ ਕੋਲੇ ਪਾਰ ਰਾਸ਼ਟਰੀਅਤਾ ਤੋਂ ਭਾਵ ਹੈ, ਪਾਰ ਰਾਸ਼ਟਰੀਅਤਾ ਤੋਂ ਭਾਵ ਹੈ ਰਾਸ਼ਟਰੀ ਸਰਹੱਦਾਂ ਦੀ ਪਾਬੰਦੀ, ਰਾਸ਼ਟਰੀ ਸਰਹੱਦਾਂ ਤੋਂ ਸੁਤੰਤਰਤਾ, ਗਲੋਬਲ ਚੇਤਨਾ ਪੱਧਰ, ਲੋਕ ਰਾਜੀ ਚੇਤਨਾ ਪੱਧਰ। ਤਾਂ ਪਾਰ ਰਾਸ਼ਟਰੀਅਤਾ ਤੋਂ ਭਾਵ ਹੈ ਆਪਸ਼ਨ ਨੰਬਰ 2 ਇਸਦਾ ਰਾਈਟ ਹੋਵੇਗਾ, ਰਾਸ਼ਟਰੀ ਸਰਹੱਦਾਂ ਤੋਂ ਸੁਤੰਤਰਤਾ, ਰਾਸ਼ਟਰੀ ਸਰਹੱਦਾਂ ਤੋਂ ਸੁਤੰਤਰਤਾ ਇਸ ਦਾ ਰਾਈਟ ਆਂਸਰ ਹੈ। ਹਾਂਜੀ, ਨੈਕਸਟ ਸਵਾਲ ਹੈ ਆਪਣੇ ਕੋਲੇ ਕਿ ਜੁੱਟ ਦੀ ਪਛਾਣ ਕਰਨੀ ਹੈ, ਪੱਛਮੀ ਵਿਦਵਾਨਾਂ ਦੇ ਨਾਲ ਸੰਬੰਧਿਤ ਹੈ ਤੇ ਉਹਨਾਂ ਦੇ ਸਿਧਾਂਤ ਨੇ ਪੱਛਮੀ ਵਿਦਵਾਨਾਂ ਦੇ ਨਾਲ ਸੰਬੰਧਿਤ। ਪੇਰੇ ਮਛੇਰੇ, ਮਛੇਰੀ ਜਨਕ ਸੰਰਚਨਾਵਾਦ, ਜਾਰਜ ਲੁਕਾਚ ਸਾਹਿਤ ਉਤਪਾਦਨ ਸਿਧਾਂਤ, ਅਲਥਿਊਸਰ ਸਮੱਸਿਆਕਾਰ, ਲੂਇਸਨ ਗੋਲਡਮਨ ਆਲੋਚਨਾਤਮਕ ਯਥਾਰਥਵਾਦ। ਤਾਂ ਇਹਨਾਂ ਦੇ ਵਿੱਚੋਂ ਨਿਮਨਲਿਖਤ ਦੇ ਵਿੱਚੋਂ ਜਿਹੜਾ ਜੁੱਟ ਸਹੀ ਹੈ ਉਹ ਹੈ ਆਪਸ਼ਨ ਨੰਬਰ 3 ਅਲਥਿਊਸ਼ਰ ਸਮੱਸਿਆਕਾਰ, ਇਸ ਦਾ ਰਾਈਟ ਆਂਸਰ ਜਿਹੜਾ ਹੈਗਾ ਆਪਸ਼ਨ ਨੰਬਰ 3, ਪੱਛਮੀ ਵਿਦਵਾਨਾਂ ਦੇ ਨਾਲ ਸੰਬੰਧਿਤ ਸਵਾਲ ਸੀ। ਹਾਂਜੀ, ਨੈਕਸਟ ਸਵਾਲ ਆਪਣੇ ਕੋਲੇ ਹੈ, ਰੂਪਵਾਦੀ ਅਤੇ ਸੰਰਚਨਾਵਾਦੀ ਪੰਜਾਬੀ ਆਲੋਚਨਾ ਜਿਹੜਾ ਹੈ ਮੈਟਾ ਅਧਿਐਨ ਕਿਸਦਾ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਮੈਟਾ ਅਧਿਐਨ ਜਿਹੜਾ ਵਿਸ਼ਾ ਸ਼ਾਮਿਲ ਕੀਤਾ ਗਿਆ, ਇਹਦੇ ਨਾਲ ਸੰਬੰਧਿਤ ਵੀ ਸਵਾਲ ਆਪਾਂ ਵਿੱਚ ਰੱਖਿਆ ਕਰਾਂਗੇ। ਉਹ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਮੈਟਾ ਆਲੋਚਨਾ ਮਤਲਬ ਕਿ ਜਿਹੜੀ ਆਲੋਚਨਾ ਕੀਤੀ ਗਈ ਕਿਸੇ ਰਚਨਾ ਦੀ ਤਾਂ ਉਹਦੇ ਉੱਪਰ ਵੀ ਜਿਹੜਾ ਹੈ ਉਹਦਾ ਅਧਿਐਨ ਕਰਨਾ, ਭਾਵ ਆਲੋਚਨਾ ਦੀ ਆਲੋਚਨਾ ਕਰਨਾ ਨੂੰ ਆਪਾਂ ਮੈਟਾ ਆਲੋਚਨਾ ਦੇ ਅੰਤਰਗਤ ਵਿਚਾਰਦੇ ਹਾਂ। ਤਾਂ ਇਹ ਜਿਹੜੀ ਪੁਸਤਕ ਹੈ ਰੂਪਵਾਦੀ ਅਤੇ ਸੰਰਚਨਾਵਾਦੀ ਪੰਜਾਬੀ ਆਲੋਚਨਾ, ਇਹ ਪੁਸਤਕ ਦੱਸਣੀ ਹੈ ਕਿਹਨਾਂ ਦੀ ਹੈ ਜਾਂ ਇਹ ਖੋਜ ਕਾਰਜ ਕਿਹਨਾਂ ਦਾ, ਕਿਰਨਜੀਤ ਕੌਰ, ਹਰਭਜਨ ਸਿੰਘ, ਡਾਕਟਰ ਰਵਿੰਦਰ ਸਿੰਘ ਰਵੀ ਤੇ ਵਿਨੈਨੀਤ ਕੌਰ। ਤਾਂ ਰੂਪਵਾਦੀ ਅਤੇ ਸੰਰਚਨਾਵਾਦੀ ਪੰਜਾਬੀ ਮੈਟਾ ਆਲੋਚਨਾ ਪੰਜਾਬੀ ਆਲੋਚਨਾ ਮੈਟਾ ਅਧਿਐਨ ਜਿਹੜਾ ਵਿਨੈਨੀਤ ਕੌਰ ਦਾ ਹੈਗਾ, ਆਪਸ਼ਨ ਨੰਬਰ 4 ਇਸਦਾ ਰਾਈਟ ਆਂਸਰ ਹੈ। ਹਾਂਜੀ, ਨੈਕਸਟ ਆਪਣੇ ਕੋਲੇ ਹੈ, ਸਾਹਿਤ ਚਿੰਤਨ ਦੇ ਖੇਤਰ ਦੇ ਵਿੱਚ ਨਾਰੀਵਾਦੀ ਸਿਧਾਂਤਾਂ ਨੂੰ ਪਹਿਲੀ ਵਾਰ ਕਿਸ ਨੇ ਪ੍ਰਸੰਗਕ ਬਣਾਇਆ। ਹਾਂਜੀ, ਪੱਛਮੀ ਸਿਧਾਂਤ ਦੇ ਨਾਲ ਹੈ ਸੰਬੰਧਿਤ ਸਵਾਲ ਹੈ, ਨਾਰੀਵਾਦੀ ਜਿਹੜਾ ਫੈਮਿਨਿਜ਼ਮ ਦੇ ਨਾਲ ਸੰਬੰਧਿਤ, ਸਾਹਿਤ ਚਿੰਤਨ ਦੇ ਖੇਤਰ ਦੇ ਵਿੱਚ ਨਾਰੀਵਾਦੀ ਸਿਧਾਂਤਾਂ ਨੂੰ ਪਹਿਲੀ ਵਾਰ ਕਿਸ ਨੇ ਪ੍ਰਸੰਗਕ ਬਣਾਇਆ? ਕੇਟ ਮਿਲਰ, ਸਿਮੋਨ ਸਿਮੋਨ ਦੀ ਬੋਵਰ ਜਿਨ੍ਹਾਂ ਦੀ ਦਾ ਸੈਕਿੰਡ ਸਿਕਸ ਬਹੁਤ ਸੰਸਾਰ ਪ੍ਰਸਿੱਧ ਪੁਸਤਕ ਹੈ ਇਹਨਾਂ ਦੀ, ਜੁਲੀਆ ਕਰਸਤੇਵਾ, ਬੈਟੀ ਫ੍ਰੀਡਨ। ਤਾਂ ਇਹਨਾਂ ਦੇ ਵਿੱਚੋਂ ਰਾਈਟ ਆਂਸਰ ਹੈ ਜਿਹੜਾ ਪਹਿਲੀ ਵਾਰ ਦੀ ਜਦੋਂ ਗੱਲ ਕਰਦੇ ਹਾਂ ਪਹਿਲੀ ਵਾਰ ਕਿਸਨੇ ਪ੍ਰਸੰਗਕ ਬਣਾਇਆ, ਤਾਂ ਆਪਸ਼ਨ ਨੰਬਰ 1 ਕੇਟ ਮਿਲਰ ਇਸਦਾ ਰਾਈਟ ਆਂਸਰ ਹੋਵੇਗਾ, ਕੇਟ ਮਿਲਰ। ਹਾਂਜੀ, ਨੈਕਸਟ ਸਵਾਲ ਹੈ, ਕਿਹੜਾ ਜੁੱਟ ਸਹੀ ਹੈ? ਤਾਂ ਇਹਦੇ ਵਿੱਚ ਕਹਾਣੀਕਾਰ ਨੇ ਤੇ ਕਹਾਣੀ ਉਹਨਾਂ ਦੀਆਂ ਕਹਾਣੀਆਂ, ਤਾਂ ਇਹ ਦੱਸਣਾ ਹੈ ਕਿ ਕਿਹੜੇ ਕਹਾਣੀਕਾਰ ਦੀ ਕਹਾਣੀ ਵਾਲਾ ਜੁੱਟ ਜਿਹੜਾ ਸਹੀ ਹੈ। ਗੁਰਪਾਲ ਲਿੱਟ ਰਾਤ ਬਰਾਤੇ, ਮਨਮੋਹਨ ਬਾਵਾ ਇੱਕ ਰਾਤ, ਕਿਰਪਾਲ ਕਚਾਕ ਜੀਨ ਮਰਨ, ਪ੍ਰੇਮ ਗੋਰਕੀ ਹਨੇਰੇ ਸਵੇਰੇ। ਤਾਂ ਇਹਨਾਂ ਦੇ ਵਿੱਚੋਂ ਰਾਈਟ ਜਿਹੜਾ ਹੈ ਮਨਮੋਹਨ ਬਾਵਾ ਇੱਕ ਰਾਤ ਇਸਦਾ ਰਾਈਟ ਆਂਸਰ ਹੈ। ਸਹੀ ਕਰਤਾ ਤੇ ਕਹਾਣੀਕਾਰ, ਕਹਾਣੀਕਾਰ ਤੇ ਸਹੀ ਰਚਨਾ। ਹਾਂਜੀ, ਨੈਕਸਟ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਹੈ ਸਵਾਲ ਆਪਣਾ, ਸਮਾਜ ਭਾਸ਼ਾ ਵਿਗਿਆਨ ਅਨੁਸਾਰ ਭਾਸ਼ਾ ਦਾ ਆਧਾਰ ਮੂਲਕ ਤੱਤ ਹੈ। ਸਵਾਲ ਨੂੰ ਇਦਾਂ ਦੇ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਸਵਾਲਾਂ ਨੂੰ ਖਾਸ ਤੌਰ ਤੇ ਜਾਂ ਲੋਕਧਾਰਾ ਨਾਲ ਸੰਬੰਧਿਤ ਸਵਾਲਾਂ ਨੂੰ 2 ਵਾਰ ਪੜ੍ਹਿਆ ਕਰੋ। ਸਮਾਜ ਭਾਸ਼ਾ ਵਿਗਿਆਨ ਅਨੁਸਾਰ ਭਾਸ਼ਾ ਦਾ ਆਧਾਰ ਮੂਲਕ ਤੱਤ ਹੈ। ਤਾਂ ਭਾਸ਼ਕ ਬਣਤਰ ਅਤੇ ਸਮਾਜਿਕ ਰੂਪ, ਸਮਾਜਿਕ ਬਣਤਰ ਤੇ ਭਾਸ਼ਾ ਪ੍ਰਯੋਗ,
ਸਮਾਜਿਕ ਸਥਿਤੀਆਂ ਅਤੇ ਭਾਸ਼ਕ ਪ੍ਰਬੰਧ, ਸਮਾਜਿਕ ਪੈਟਰਨ ਅਤੇ ਭਾਸ਼ਕ ਵਿਉਂਤ, ਤਾਂ ਇਹਨਾਂ ਦੇ ਵਿੱਚੋਂ ਜਿਹੜਾ ਹੈ ਦੱਸਣਾ ਕਿ ਕਿਹੜਾ ਸਮਾਜ ਭਾਸ਼ਾ ਵਿਗਿਆਨ ਅਨੁਸਾਰ ਭਾਸ਼ਾ ਦਾ ਆਧਾਰ ਮੂਲਕ ਤੱਤ ਹੈ। ਸਮਾਜ ਭਾਸ਼ਾ ਵਿਗਿਆਨ ਦੇ ਅੰਤਰਗਤ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਉਹ ਕਿਹੜੇ ਨੂੰ ਭਾਸ਼ਾ ਦਾ ਆਧਾਰ ਮੂਲਕ ਤੱਤ ਮੰਨਦੇ ਆ ਨਿਮਨ ਲਿਖਤ ਦੇ ਵਿੱਚੋਂ, ਤਾਂ ਇਸਦਾ ਰਾਈਟ ਆਂਸਰ ਜਿਹੜਾ ਆਪਸ਼ਨ ਨੰਬਰ 2 ਸਮਾਜਿਕ ਬਣਤਰ ਅਤੇ ਭਾਸ਼ਾ ਪ੍ਰਯੋਗ ਇਸਦਾ ਰਾਈਟ ਆਂਸਰ ਹੈਗਾ। ਹਾਂਜੀ, ਇਹ ਸੀ ਅੱਜ ਦੇ ਕੁਝ ਸਵਾਲ ਚੋਣਵੇਂ ਤੁਹਾਡੇ ਨਾਲ ਸਾਂਝੇ ਕੀਤੇ। ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ, ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਨਾਲ ਹੀ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਸੀਂ ਇਸ ਦੇ ਨਾਲ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਜਾਂ ਤੁਹਾਡੇ ਲਈ ਸਵਾਲ ਨਵੇਂ ਸੀ, ਤੁਹਾਡੀ ਵਧੀਆ ਪ੍ਰੈਕਟਿਸ ਹੋਈ। ਠੀਕ ਹੈ, ਤਾਂ ਇਹ ਕਮੈਂਟ ਦੇ ਨਾਲ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਇਸ ਤਰ੍ਹਾਂ ਦੇ ਸਵਾਲ ਜਿਹੜੇ ਆ ਸਾਡੇ ਨਾਲ ਸਾਂਝੇ ਕੀਤੇ ਜਾਣ। ਵੈਸੇ ਤਾਂ ਆਪਾਂ ਸਾਰੇ ਹੀ ਵਿਧਾਵਾਂ ਦੇ ਨਾਲ ਸੰਬੰਧਿਤ ਸਵਾਲ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤਾਂ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਆਪਣਾ ਸਮਾਂ ਦੇਣ ਦੇ ਲਈ।